ਬਹੁਤ ਬਹੁਤ ਧੰਨਵਾਦ ਸ਼੍ਰੀ ਦਿਨੇਸ਼ ਕੁਮਾਰ ਹੱਲਣ ਜੀ, ਮੇਰਾ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕ ਦੇਸ਼ ਵਿਦੇਸ਼ 'ਚ, ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ। ਸਾਰਿਆਂ ਨੂੰ ਪਤਾ ਹੈ ਕਿ ਪਹਿਲੀ ਤਰੀਕ ਆਉਣ ਵਾਲੀ ਹੈ, ਅੱਜ 30 ਤਰੀਕ ਹੋ ਗਈ, ਕੱਲ੍ਹ ਨੂੰ 31 ਹੈ, ਪਰਸੋਂ ਨੂੰ ਪਹਿਲੀ ਤਰੀਕ ਹੈ। ਸਾਡੇ ਦੇਸ਼ ਦਾ ਇਹ ਬਹੁਤ ਵੱਡਾ ਪਰਬ ਮੈਂ ਕਹਿ ਸਕਦਾ। ਇਸ ਦੇਸ਼ ਦੀ ਇੱਕ ਨਵੀਂ ਪੰਚਾਇਤ ਚੁਣਨ ਜਾ ਰਹੀ ਹੈ, ਜਿਹਨੇ ਦੇਸ਼ ਦਾ ਅਰਥ ਸ਼ਾਸਤਰ, ਦੇਸ਼ ਦਾ ਢਾਂਚਾ, ਦੇਸ਼ ਦੇ ਕਾਨੂੰਨ, ਦੇਸ਼ ਦਾ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਨਾ, ਉਸ ਸਰਕਾਰ ਦੀ ਜਿਹੜੀ ਹੈ ਚੋਣ ਹੋਣ ਜਾ ਰਹੀ ਹੈ। ਮੇਰੀ ਸਮੁੱਚੇ ਮਤਦਾਤਾਵਾਂ ਨੂੰ ਬੇਨਤੀ ਹੈ ਕਿ ਐਵੇਂ ਨਹੀਂ ਇਹਨਾਂ ਦਾ ਚੋਣਾਂ ਦਾ ਜਿਹੜਾ ਨਾਂ ਰੱਖਿਆ ਮਤਦਾਨ, ਆਪਣੀ ਬੁੱਧੀ ਦੇ ਮੁਤਾਬਕ ਜਿਹੜਾ ਵੀ ਤੁਹਾਨੂੰ ਚੰਗਾ ਕੈਂਡੀਡੇਟ ਲੱਗਦਾ ਉਹਨੂੰ ਵੋਟ ਪਾਓ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਭਾਵੇਂ ਗਰਮੀ ਬਹੁਤ ਜ਼ਿਆਦਾ ਹੈ, ਪਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਕਿਤੇ ਆਪਣੀ ਵੋਟ ਦਾ ਮਿਸਯੂਜ ਨਾ ਕਰੀਏ। ਅਸੀਂ ਕਿਤੇ ਇਸ ਗੱਲ 'ਚ ਪਿੱਛੇ ਨਾ ਰਹਿ ਜਾਈਏ ਕਿ ਗਰਮੀ ਬਹੁਤ ਹੈ, ਵੋਟ ਪਾਉਣ ਨਹੀਂ ਜਾਣਾ। ਹਰ ਹਾਲਤ ਦੇ ਵਿੱਚ ਵੋਟ ਪਾਉਣ ਜਾਣਾ। ਮੇਰੀ ਸਮੁੱਚੇ ਹਾਊਸ 'ਚ, ਸਮੁੱਚੇ ਲੋਕਾਂ ਨੂੰ, ਸਮੁੱਚੇ ਹਲਕੇ ਵਾਲਿਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਵੋਟਾਂ 'ਚ ਹਿੱਸਾ ਲਈਏ, ਆਪਣੀ ਵੋਟ ਦਾ ਇਸਤੇਮਾਲ ਕਰੀਏ, ਤਾਂ ਕਿ ਇਸ ਦੇਸ਼ ਦਾ ਜਿਹੜਾ ਪਰਬ ਹੈ ਉਹਦੇ 'ਚ ਅਸੀਂ ਪੂਰਨ ਆਪਣਾ ਹਿੱਸਾ ਪਾ ਸਕੀਏ। ਦੇਸ਼ ਨੂੰ ਨਵੀਂ ਦਿਸ਼ਾ ਔਰ ਦਸ਼ਾ ਜਿਹੜੀ ਹੈ ਉਹ ਮਿਲੀ ਨਾ ਚੋਣਾਂ ਦੇ ਵਿੱਚ, ਅੱਛੇ ਜੇ ਕੈਂਡੀਡੇਟ ਚੁਣ ਕੇ ਜਾਣਗੇ ਤਾਂ ਉਸ ਦੇਸ਼ ਦਾ ਭਲਾ ਕਰਨਗੇ। ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਇਸ ਪਰਬ 'ਤੇ ਆਪਣੀ ਜਿਹੜੀ ਵੋਟ ਹੈ ਉਹਦਾ ਇਸਤੇਮਾਲ ਕਰੀਏ ਔਰ ਟਾਈਮਲੀ ਜਾ ਕੇ ਬੂਥ ਪਰ ਆਪਣੀ ਵੋਟ ਪਾਈਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।